एग्रीकल्चर इस चैनल देख रहे मेरे बहुत ही प्यारे किसान वीरां नूं मेरे वल्लों प्यार भरी सति श्री अकाल। किसान वीरो, अज ब्लाक मलोट जिला श्री मुक्तसर साहब विखे नरमे की गुलाबी सुंडी तो रोकथाम लई पीबी नोट का ट्रायल लगाया जा रहा है, जिस बारे असी अज विस्तार सहित गल करन जा रहे हैं। किसान वीरो, अज साडे नाल मौजूद ने डॉक्टर अमृत कृपाल सिंह जी, खेतीबाड़ी विस्तार अफसर, जो कि तुहानू पीबी नोट के जो ट्रायल लग रहे हैं उन्हां बारे पूरे विस्तार नाल जानकारी देणगे। ਬਰਾੜ ਸਾਹਿਬ ਖੇਤੀਬਾੜੀ ਵਿਭਾਗ ਬਲਾਕ ਮਲੋਟ ਵੱਲੋਂ ਜਿਹੜਾ ਅੱਜ ਗੁਲਾਬੀ ਸੁੰਡੀ ਦੀ ਰੋਕਥਾਮ ਵਾਸਤੇ ਪੀ ਬੀ ਨੋਟ ਜਿਹੜਾ ਇੱਕ ਟ੍ਰਾਇਲ ਲਗਾਇਆ ਜਾ ਰਿਹਾ ਹੈ 62-62 ਏਕੜ ਦੇ ਵਿੱਚ। ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਪਿਛਲੇ ਸਾਲ ਜਾਂ 1-2 ਸਾਲਾਂ 'ਚ ਗੁਲਾਬੀ ਸੁੰਡੀ ਜਿਹੜੀ ਉਹ ਨਰਮੇ ਅਤੇ ਬੀ ਟੀ ਜੋ ਜੀਨ ਪਾਇਆ ਸੀ ਉਹਦੇ ਪ੍ਰਤੀ ਜਿਹੜੀ ਉਹਦੇ 'ਚ ਸਹਿਣ ਸ਼ਕਤੀ ਪੈਦਾ ਹੋ ਗਈ ਆ। ਇਸ ਕਰਕੇ ਜਿਹੜੇ ਇਹ ਸਾਲ ਜਿਹੜਾ ਉਹ ਅਸੀਂ ਕਹਿੰਦੇ ਵੀ ਕੋਈ ਅਜੇ ਨਵੀਂ ਇਹੋ ਜਿਹੀ ਤਕਨੀਕ ਨਹੀਂ ਆਈ ਜਿਹਦੇ ਨਾਲ ਗੁਲਾਬੀ ਸੁੰਡੀ 'ਤੇ ਰੋਕਥਾਮ ਕੀਤੀ ਜਾ ਸਕੇ। ਸਿਰਫ ਸਪਰੇਆਂ ਨਾਲ ਹੀ ਇਸ ਸਾਲ ਉਹਦੇ ਆਪਾਂ ਕੰਟਰੋਲ ਕਰ ਸਕਦੇ ਹਾਂ, ਲੇਕਿਨ ਮਹਿਕਮੇ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਆ, ਜਿਵੇਂ ਕਿ ਫੇਰੋਮੈਨ ਟ੍ਰੈਪ ਲਗਾਏ ਜਾ ਰਹੇ ਆ, ਜਾਂ ਆਹ ਆਪਾਂ ਹੁਣ ਜਿਹੜਾ ਤੁਸੀਂ ਦੇਖ ਰਹੇ ਜੋ ਪੀ ਬੀ ਨੋਟ ਆ ਇਹ ਜਿਹੜਾ 62-62 ਏਕੜ ਦੇ ਵਿੱਚ ਅਸੀਂ ਲਗਾ ਰਹੇ ਹਾਂ। ਇਹਦੇ 'ਚ ਇਹ ਆ ਵੀ ਜਿਹੜੇ ਇਹ ਲਗਾਉਣ ਨਾਲ ਅਸੀਂ ਜਿਵੇਂ ਬਾਉਂਡਰੀ 'ਤੇ 1-1 ਮੀਟਰ ਦੀ ਵਿੱਥ 'ਤੇ ਲਗਾ ਰਹੇ ਹਾਂ, ਨਰਮੇ ਦੇ ਬੂਟਿਆਂ 'ਤੇ ਇੱਕ ਤਰ੍ਹਾਂ ਦੀ ਇਹ ਤਾਰ ਆ ਉਹ ਲਪੇਟ ਦਿੱਤੀ ਜਾਂਦੀ ਆ, ਥੋੜ੍ਹਾ ਜਿਹਾ ਜ਼ਮੀਨ ਤੋਂ ਉੱਪਰ 1.5 ਫੁੱਟ ਛੱਡ ਕੇ ਲਪੇਟ ਦਿੱਤੀ ਜਾਂਦੀ 1-1 ਮੀਟਰ 'ਤੇ। ਉਸ ਤੋਂ ਅੱਗੇ ਆ ਜਿਹੜਾ ਉਹ 5-5 ਮੀਟਰ 'ਤੇ ਜਿਹੜੀ ਆ ਉਹ ਵਿੱਥ 'ਤੇ ਅਸੀਂ ਇਹ ਤਾਰਾਂ ਜਿਹੜੀਆਂ ਲਪੇਟ ਦਿੰਦੇ ਹਾਂ। ਇਹਦੇ ਨਾਲ ਇਹ ਹੁੰਦਾ ਹੈ ਵੀ ਜਿਹੜੇ ਨਰ ਪਤੰਗੇ ਆ ਉਹ ਜਿਹੜੇ ਇਹਦੀ ਖੁਸ਼ਬੂ ਵੱਲ ਆਉਣਗੇ ਅਤੇ ਉਹ ਉੱਥੇ ਹੀ ਬੈਠੇ ਰਹਿੰਦੇ ਆ, ਨਰ ਜਿਹੜਾ ਉਹ ਮੀਟਿੰਗ ਨਹੀਂ ਕਰ ਸਕਦਾ। ਇਸ ਤਰ੍ਹਾਂ ਜਿਹੜੀ ਫੀਮੇਲ ਆ ਉਹ ਫਿਰ ਆਂਡੇ ਜਿਹੜੇ ਉਹ ਨਹੀਂ ਦੇ ਸਕਦੀ, ਅਤੇ ਇਹ ਜਿਹੜੀ ਆ ਇਹਦੀ ਕਾਮਯਾਬੀ ਅਸੀਂ ਦੇਖਾਂਗੇ। ਹਫ਼ਤੇ ਬਾਅਦ ਅਸੀਂ ਇਹਦੀ ਰੀਡਿੰਗ ਲਿਆ ਕਰਾਂਗੇ, ਦੇਖਦੇ ਹਾਂ ਵੀ ਇਹ ਕਿੰਨਾ ਅਸਰਦਾਇਕ ਜਿਹੜਾ ਸਾਬਤ ਹੁੰਦੀ ਆ। ਸਾਨੂੰ ਉਮੀਦ ਆ ਵੀ ਇਹਦੇ 'ਚ ਜਿਹੜੀ ਕਾਫੀ ਸਫਲਤਾ ਮਿਲੂਗੀ ਅਤੇ ਜਿਹੜੀ ਸਪਰੇਆਂ ਜਿਹੜੀਆਂ ਉਹ ਜ਼ਿਮੀਂਦਾਰਾਂ ਨੂੰ ਸ਼ਾਇਦ ਨਾ ਕਰਨੀਆਂ ਪੈਣ ਜਾਂ ਘੱਟ ਕਰਨੀਆਂ ਪੈਣ। ਇਹ ਇੱਕ ਅਜੇ ਮਹਿਕਮੇ ਵੱਲੋਂ ਟ੍ਰਾਇਲ ਲਗਾਇਆ ਜਾ ਰਿਹਾ ਹੈ ਜਿਹਦਾ ਸੰਯੋਗ ਸਾਡਾ PI ਕੰਪਨੀ ਜਿਹੜੀ ਉਹ ਕਰ ਰਹੀ ਆ, ਅਤੇ ਇਸ ਤਰ੍ਹਾਂ ਦੇ ਟ੍ਰਾਇਲ ਜੇ ਕਾਮਯਾਬ ਹੁੰਦੇ ਆ ਤਾਂ ਅੱਗੇ ਤੋਂ ਫਿਰ ਇਹਨੂੰ ਹੋ ਸਕਦਾ ਵਧਾਇਆ ਜਾ ਸਕੇ। ਇਹ ਸੀਗਾ ਇਹਦੇ ਬਾਰੇ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਜੋ ਕਿ ਡਾਕਟਰ ਅੰਮ੍ਰਿਤ ਕਿਰਪਾਲ ਜੀ ਨੇ ਤੁਹਾਨੂੰ ਪੀ ਬੀ ਨੋਟ ਦੇ ਟ੍ਰਾਇਲ ਬਾਰੇ ਦੱਸਿਆ। ਕਿਸਾਨ ਵੀਰੋ, ਹਜੇ ਤੱਕ ਤਾਂ ਸਾਨੂੰ ਵੀ ਲੱਗ ਰਿਹਾ ਬਹੁਤ ਲਾਹੇਵੰਦ ਕਿਸਾਨ ਵੀਰਾਂ ਲਈ ਸੌਦਾ, ਬਾਕੀ ਇਸ ਦੀ ਅਸੀਂ ਜਿਹੜੇ 62 ਕਿੱਲਿਆਂ ਦੇ ਵਿੱਚ ਪੀ ਬੀ ਨੋਟ ਦਾ ਟ੍ਰਾਇਲ ਲਗਾਇਆ ਜਾ ਰਿਹਾ ਉਹਦੇ ਨਾਲ ਅਸੀਂ 5 ਕਿੱਲਿਆਂ ਦਾ ਨਰਮੇ ਦਾ ਪਲਾਟ 1 ਲੱਖ ਤੋਂ ਛੱਡਿਆ ਅਸੀਂ, ਜਿਹਦੇ ਨਾਲ ਕੀ ਆ ਪੀ ਬੀ ਨੋਟ ਵਾਲੇ ਪਲਾਟ ਦਾ ਅਸੀਂ ਕੰਪੈਰੀਜ਼ਨ ਕਰਾਂਗੇ ਅਤੇ ਇਹਦੇ ਵਿੱਚ ਡਿਫਰੈਂਸ ਦੇਖਾਂਗੇ ਵੀ ਕੀ ਡਿਫਰੈਂਸ ਆਉਣਗੇ। ਜੇ ਕਾਮਯਾਬ ਹੁੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੀਰੋ ਇੱਕ ਬਹੁਤ ਵਧੀਆ ਇੱਕ ਸਾਧਨ ਇੱਕ ਉਪਰਾਲਾ ਹੋਊਗਾ ਜੋ ਕਿ ਸਾਰੇ ਕਿਸਾਨ ਵੀਰ ਇਸ ਨੂੰ ਵਰਤ ਸਕਣਗੇ। ਅੰਤ ਵਿੱਚ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।